ਸਤਿ ਸ਼੍ਰੀ ਅਕਾਲ ਸੱਜਣੋ, ਕੀ ਹਾਲ ਹੈ? ਉਮੀਦ ਕਰਦਾ ਹਾਂ ਮੈਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਜਿਹੜੀ ਆਪਾਂ 7501 ਦੀ ਜਿਹੜੀ ਆਪਾਂ ਪਨੀਰੀ ਵੇਚਣ ਲੱਗੇ ਹਾਂ। ਆਪਾਂ ਕੱਲ੍ਹ ਵੀ ਕੋਈ 6-7 ਕਿੱਲਿਆਂ ਦੀ ਆਪਾਂ ਬੀਜੀ, ਇੱਥੇ 6 ਪੈਕਟ ਕੋਈ 7 ਪੈਕਟ ਬੀਜੇ ਆ। ਅੱਜ ਜਿਹੜੀ ਇਹ ਆਪਾਂ 11-12 ਪੈਕਟ ਟੋਟਲ 18 ਕਿੱਲਿਆਂ ਦੀ ਇਸ ਵਾਰੀ ਆਪਾਂ 7501 ਜਿਹੜੀ ਸਾਵਾ ਕੰਪਨੀ ਦੀ ਆਉਂਦੀ ਹੈ ਉਹਨਾਂ ਦਾ ਵੇਚਣ ਲੱਗੇ ਹਾਂ। ਕਹਿੰਦੇ ਆ ਵੀ ਪਿਛਲੇ ਸਾਲ, ਖੈਰ ਮੈਨੂੰ ਕਈ ਸੱਜਣਾਂ ਦੇ ਰਿਵਿਊ ਵੀ ਇਹਦੇ ਪ੍ਰਤੀ ਮਿਲੇ ਆ। ਬਾਕੀ ਦੇਵੀਗੜ੍ਹ ਤੋਂ ਮੇਰੇ ਸੱਜਣ ਆਏ ਸੀ ਕੱਲ੍ਹ, ਮੈਨੂੰ ਮਿਲ ਕੇ ਗਏ। ਉਹ ਕਹਿੰਦੇ ਵੀ ਸਾਡੇ ਏਰੀਏ ਦੇ ਵਿੱਚ ਵੀ ਇਹਦਾ ਝਾੜ 125 ਮਣ ਤੱਕ ਆਰਾਮ ਨਾਲ ਹੈਗਾ। ਬਾਕੀ ਆਪਣੇ ਏਰੀਏ ਦੇ ਵਿੱਚ ਕਿਹੋ ਜਿਹਾ ਰਹਿੰਦਾ ਇਹਦੇ ਬਾਰੇ ਮੈਂ ਵੀ ਇਹਦੇ ਬਾਰੇ ਫਸਟ ਐਕਸਪੀਰੀਅੰਸ ਹੈ। ਖੈਰ ਮੈਂ ਜਿਹੜੇ ਖਾਸ ਮੇਰੇ ਸੱਜਣ ਸੀ ਉਹਨਾਂ ਦਾ ਜਾ ਕੇ ਪਿਛਲੀ ਵਾਰੀ ਝੋਨਾ ਵੇਖਦਾ ਰਿਹਾ, ਉਹਨਾਂ ਦਾ ਝਾੜ ਵੀ ਦੱਸਣ ਦੇ ਮੁਤਾਬਕ ਉਹਨਾਂ ਦੇ ਵੀ 120-125 ਮਣ ਰਿਹਾ ਹੈ। ਬਾਕੀ ਇਸ ਵਾਰੀ ਆਪਾਂ 17-18 ਕਿੱਲਿਆਂ ਦੀ ਜਿਹੜੀ ਆਪਾਂ 7501 ਵਰਾਇਟੀ ਦੀ ਆਪਾਂ ਕਾਸ਼ਤ ਕਰਨ ਲੱਗੇ ਹਾਂ। ਬਾਕੀ ਵਰਾਇਟੀ ਜਿਹੜੀ ਆਪਾਂ ਸਾਵਾ 173-01 ਲਾਵਾਂਗੇ। ਇਸ ਤੋਂ ਇਲਾਵਾ ਕਈ ਵਰਾਇਟੀਆਂ ਜਿਵੇਂ ਨਵੀਆਂ ਦੇ ਵਿੱਚ ਕੋਈ ਨਵੇਂ ਟਰਾਇਲ ਆਏ ਤਾਂ VNR ਦੀ ਇਸ ਵਾਰੀ 21-11 ਦੀ ਵਰਾਇਟੀ ਜਿਹੜੀ ਆਈ ਉਹ ਵੀ ਬੜੀ ਟੌਪ ਦੀ, ਉਹ ਪਛੇਤੇ ਦੇ ਵਿੱਚ ਲੱਗਦੀ ਹੈ। ਉਹਦਾ ਵੀ ਜਦੋਂ ਆਪਾਂ ਪਨੀਰੀ ਬੀਜੀ ਤੇ ਉਹਦੇ ਬਾਰੇ ਵੀ ਲਾਜ਼ਮੀ ਮੈਂ ਇੱਕ ਵੀਡੀਓ ਬਣਾਵਾਂਗਾ ਵੀ ਕਿਹੜੀ ਕਿਹੜੀ ਵਰਾਇਟੀ ਆਪਾਂ ਇਸ ਵਾਰੀ ਬੀਜਣ ਲੱਗੇ। ਜੇ 7501 ਦੀ ਗੱਲ ਕਰੀਏ ਤਾਂ ਸੇਮ 131 131 ਜਿਹੜੀ PR ਵਰਾਇਟੀ ਆਈ ਹੈ ਉਹਦੇ ਸੇਮ ਉਨੇ ਜਿਹਨੇ ਦਿਨ ਇਹਨੇ ਲੈਣੇ, ਤਕਰੀਬਨ ਜਿਵੇਂ 135-40 ਦਿਨ ਹੈ ਸੀਡ ਟੂ ਸੀਡ ਹੈ। ਜਿਵੇਂ ਪਨੀਰੀ ਦੀ 25-30 ਦਿਨਾਂ ਦੀ ਪਨੀਰੀ ਲਾ ਲਓ, ਉਸ ਤੋਂ ਬਾਅਦ 110 ਦਿਨ ਜਿਹੜੀ ਵਰਾਇਟੀ 7501 ਨੇ ਲੈਣੇ। ਬਾਕੀ ਅੱਜ ਕੱਲ੍ਹ ਦੀ ਆਪਾਂ ਪਨੀਰੀ ਬੀਜਣ ਲੱਗੇ ਹੋਏ ਹਾਂ। ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਵੀ ਮੇਰਾ ਜਿਹੜਾ ਖੇਤ ਪਨੀਰੀ ਵਾਲਾ ਤਿਆਰ ਕਰਦਾ ਮੈਂ, ਉਹਦੇ ਵਿੱਚ ਤਕਰੀਬਨ ਵੀ ਮਹੀਨਾ ਪਹਿਲਾਂ ਮੈਂ ਸਾਰੇ ਵਾਹ ਕੇ 2-3 ਪਾਣੀ ਇਹਦੇ ਵਿੱਚ ਲਗਾਤਾਰ ਛੱਡਦਾ ਵੀ ਤਾਂ ਜੋ ਪਿਛਲੇ ਸਾਲ ਦਾ ਪਨੀਰੀ ਵਾਲਾ ਜਗ੍ਹਾ 'ਤੇ ਜਿੰਨਾ ਵੀ ਝੋਨਾ ਪਿਛਲੇ ਸਾਲ ਡਿੱਗਾ ਹੁੰਦਾ ਜਾਂ ਜਦੋਂ ਕੰਪੈਨ ਵੜਦੀ ਤਾਂ ਝੋਨਾ ਵਿੱਚ ਡਿੱਗ ਪੈਂਦਾ ਜਾਂ ਚੋਭਾ ਵਗੈਰਾ ਕਿਸੇ ਤਰ੍ਹਾਂ ਦਾ ਵੀ ਉਹ ਉਗਾਉਂਦਾ। ਉਸ ਤੋਂ ਬਾਅਦ ਉਹਨੂੰ ਮੈਂ ਤਕਰੀਬਨ 2 ਵਾਰੀ ਫਿਰ ਵਾਹੁੰਦਾ ਤਸੱਲੀ ਦੇ ਨਾਲ, ਅਤੇ ਬਾਅਦ ਵਿੱਚ ਇਹਨੂੰ 4-5 ਵਾਰੀ ਸੁਹਾਗਾ ਮਾਰ ਕੇ ਪੂਰਾ ਜਮਾ ਕੇ ਉਸ ਤੋਂ ਬਾਅਦ ਵੱਟਾਂ ਖਿੱਚ ਕੇ ਅਸੀਂ ਜਿਹੜੀ ਪਨੀਰੀਆਂ ਦੀ ਬੀਜਦੇ ਹਾਂ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਿਸਾਨ ਵੀਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਜੇ ਆਪਾਂ ਇੰਨਾ ਮਹਿੰਗਾ ਬੀਜ ਵੇਚਦੇ ਹਾਂ, ਜਾਂ ਕਈ ਕਿਸਾਨ ਵੀਰਾਂ ਨੇ ਕੀ ਕੀਤਾ ਵੀ 131 ਦਾ ਬੀਜ ਵੀ ਜਿਵੇਂ 100-120 ਰੁਪਏ ਲੈ ਕੇ ਆਪਾਂ ਉਹਦਾ ਬੀਜਦੇ ਹਾਂ ਤਾਂ ਉਹਦੇ ਲਈ ਬਚਾਅ ਦੇ ਲਈ ਵੀ ਆਪਾਂ ਨੂੰ ਕਈ ਗੱਲਾਂ ਸੋਚਣੀਆਂ ਪੈਂਦੀਆਂ। ਸੋ 4 ਚਪੇਰੇ ਮੇਰੇ ਵੇਖ ਲਓ ਆਲ ਓਵਰ ਜਿੰਨਾ ਵੀ ਪਨੀਰੀ ਦੇ 4 ਚਪੇਰੇ ਆ, ਮੈਂ ਪਹਿਲਾਂ ਮੱਕੀ ਦਾ ਜਿਹੜਾ ਗਾਚੇ ਵਾਲੀ ਮੱਕੀ ਹੁੰਦੀ ਪੱਠਿਆਂ ਵਾਲੀ ਉਹ ਮੈਂ ਬੀਜੀ ਹੋਈ ਹੈ। ਉਹਦਾ ਕਾਰਨ ਸਿਰਫ ਇਹ ਹੀ ਹੈ ਵੀ ਇੰਨਾ ਮਹਿੰਗਾ ਜੇ ਆਪਾਂ ਬੀਜ ਬੀਜਿਆ ਤਾਂ ਕੋਈ ਵੀ ਬੂਟਾ ਦੇ ਵਿੱਚ ਮਰੇ ਨਾ ਜਾਂ ਲੋਹ ਦੇ ਨਾਲ ਜਿਹੜੀ ਪਨੀਰੀ ਹੈ ਉਹ ਕਮਜ਼ੋਰ ਨਾ ਹੋਵੇ ਵੀ ਜਾਣ ਕੇ ਉੱਤੋਂ ਸੜੇ ਨਾ। ਇਹਦੇ ਲਈ ਮੈਂ 4 ਚਪੇਰੇ ਜਿਹੜੀ ਇਹ ਮੱਕੀ ਆਪਾਂ ਬੀਜੀ ਹੋਈ ਹੈ। ਸੋ ਇਸ ਤੋਂ ਬਾਅਦ ਕੱਲ੍ਹ ਆਪਾਂ ਜਿਹੜੀ ਆ 7-8 ਕਿੱਲਿਆਂ ਦੀ 73-01 ਦੀ ਪਨੀਰੀ ਆਪਾਂ ਬੀਜਤੀ, 7501 ਦੀ ਸੋਰੀ, ਅਤੇ ਅੱਜ ਜਿਹੜੀ ਇਹ 11-12 ਪੈਕਟ ਫਿਰ ਬੀਜਦੇ ਪਏ ਹਾਂ। ਅੱਧੀ ਜਗ੍ਹਾ ਦੇ ਉੱਤੇ ਸਵਾਹ ਪੈ ਗਈ ਹੈ ਅਤੇ ਅੱਧੀ ਜਗ੍ਹਾ 'ਤੇ ਅੱਜ ਜਿਵੇਂ 7501 ਦਾ ਟੋਟਲ ਬੀਜ ਖਲਾਰਿਆ ਹੋਇਆ, ਇਹਦੇ ਬਾਅਦ ਹੁਣ ਇਹਦੇ ਸਵਾਹ ਪਾਉਣ ਲੱਗੇ ਆ। ਉਪਰੰਤ ਇਸ ਤੋਂ ਬਾਅਦ ਆਪਾਂ ਪਾਣੀ ਲਾਵਾਂਗੇ ਤਕਰੀਬਨ ਮਰਲੇ ਦੇ ਹਿਸਾਬ 'ਤੇ, ਜਿਵੇਂ 1.5 ਕਿਲੋ DAP ਇਹਦੇ ਵਿੱਚ ਅਸੀਂ ਪਾਈਏ। ਮੈਂ ਜਿਮੀਦਾਰਾਂ ਨੂੰ ਇਹੀ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਆਪਾਂ ਪਨੀਰੀ ਬੀਜਦੇ ਹਾਂ ਕੋਸ਼ਿਸ਼ ਕਰਿਆ ਕਰੋ ਹਰ ਸਾਲ ਉਸੇ ਜਗ੍ਹਾ 'ਤੇ ਹੀ ਆਪਣੀ ਪਨੀਰੀ ਬੀਜਿਆ ਕਰੋ, ਪਰ ਉਹਦੇ ਵਿੱਚ ਇੱਕ ਖਾਸ ਧਿਆਨ ਜ਼ਰੂਰ ਰੱਖਿਆ ਕਰੋ ਵੀ ਉਹੜੀ ਜਗ੍ਹਾ ਆਪਣੇ ਕੋਲ ਕਣਕ ਤੋਂ ਬਾਅਦ ਜਿਹੜਾ ਪਨੀਰੀ ਬੀਜਣ ਦਾ ਸਮਾਂ ਹੈ ਇੱਕ ਮਹੀਨੇ ਦਾ ਘੱਟ ਤੋਂ ਘੱਟ ਹੁੰਦਾ। ਉਹ ਕਣਕ ਬੀਜਣ ਤੋਂ ਵੱਢਣ ਤੋਂ ਬਾਅਦ ਉਪਰੰਤ ਜਿਹੜੀ ਹੈ ਤੂੜੀ ਬਣਨ ਤੋਂ ਬਾਅਦ ਆਪਾਂ ਨੂੰ ਇਹਨੂੰ ਵਾਹ ਲੈਣਾ ਚਾਹੀਦਾ ਅਤੇ ਇਹਦੇ ਵਿੱਚ 2-3 ਦਿਨ ਲਗਾਤਾਰ ਪਾਣੀ ਤੁਸੀਂ ਛੱਡੋ ਤਾਂ ਜੋ ਪੁਰਾਣੇ ਬੂਟੇ ਆ ਇਹਦੇ ਵਿੱਚ ਸਾਰੇ ਉੱਗਣ। ਉਸ ਤੋਂ ਬਾਅਦ ਜਿਹੜੀ ਇਹ ਪਨੀਰੀ ਦੇ ਵਿੱਚ ਬਣ ਕੇ ਪਨੀਰੀ ਲਈ ਆਪਣੀ ਜਗ੍ਹਾ ਤਿਆਰ ਹੁੰਦੀ, ਉਸ ਤੋਂ ਬਾਅਦ 2-4 ਵਾਰੀ ਵਾਹ ਕੇ
ਜਾਂ ਕੋਈ ਸੱਜਣ ਜਿਹੜੇ ਸਿੱਧੇ ਡਾਇਰੈਕਟ ਬੀਜਦੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਕਣਕ ਦੀ ਵਢਾਈ ਤੋਂ ਬਾਅਦ ਲਗਾਤਾਰ ਉਹਦੇ ਚ ਦੋ ਦਿਨ ਪਾਣੀ ਛੱਡੋ ਤਾਂ ਜੋ ਪੁਰਾਣਾ ਝੋਨਾ ਤੇਰਾ ਤੁਹਾਡਾ ਜਿਹੜਾ ਜਾਂ ਵਿੱਚ ਕਈ ਵਾਰੀ ਚੋਭੇ ਦੀ ਸਮੱਸਿਆ ਆ ਜਾਂਦੀ ਜ਼ਿਮੀਂਦਾਰਾਂ ਨੂੰ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਉੱਗ ਪੈਂਦਾ ਤੇ ਉਸ ਤੋਂ ਉਪਰੰਤ ਵੀ ਪਾਣੀ ਲਾ ਕੇ ਇਹਦੇ ਵਿੱਚੋਂ ਗੰਦ ਪਿਲ ਜਿੰਨਾ ਵੀ ਉੱਗ ਪਏਗਾ ਉਸ ਤੋਂ ਬਾਅਦ ਦੋ ਜਾਂ ਤਿੰਨ ਵਾਰੀ ਇਹਨੂੰ ਤਸੱਲੀ ਨਾਲ ਵਾਹੋ ਇਹਨੂੰ ਧੁੱਪਾਂ ਤਿੰਨ ਤੋਂ ਚਾਰ ਲਵਾਓ ਤੇ ਬਾਅਦ ਵਿੱਚ ਤਕਰੀਬਨ ਸੁਹਾਗਾ ਮਾਰ ਕੇ ਦੋ ਤੋਂ ਚਾਰ ਵਾਰੀ ਪੂਰੀ ਜਮਾ ਕੇ ਆਪਣੀ ਪਨੀਰੀ ਬੀਜਿਆ ਕਰੋ ਤਾਂ ਆਪਣਾ ਇਹਦੇ ਵਿੱਚ ਜਿਹੜਾ ਕਈ ਵਾਰੀ ਸਮੱਸਿਆ ਆਉਂਦੀ ਚੋਭੇ ਦੀ ਉਹ ਆਪਣੀ ਕੋਈ ਸਮੱਸਿਆ ਨਹੀਂ ਆਵੇਗੀ। ਮੇਰੇ ਕਹਿਣ ਦਾ ਭਾਵ ਇਹ ਆ ਵੀ ਲਗਾਤਾਰ ਜਿੱਥੇ ਪਨੀਰੀ ਬੀਜੀਂਦੀ ਉੱਥੇ ਬੀਜੋਗੇ ਤਾਂ 25 ਤੋਂ 30 ਦਿਨਾਂ 'ਚ ਆਪਣੀ ਪਨੀਰੀ ਤਿਆਰ ਹੋ ਜਾਵੇਗੀ। ਬਾਕੀ ਉਹਦੇ ਲਈ ਤੁਹਾਨੂੰ ਪਹਿਲਾਂ ਇਹਦੇ 'ਚ ਪਾਣੀ ਛੱਡਣਾ ਪਵੇਗਾ ਤਾਂ ਜੋ ਪਿਛਲੇ ਸਾਲ ਦੇ ਜਿੰਨੇ ਵੀ ਬੂਟੇ ਸਾਰੇ ਸਾਰੇ ਨਿਕਲ ਆਉਣਗੇ ਉਹਦੇ 'ਚੋਂ ਅਤੇ ਉਸ ਤੋਂ ਬਾਅਦ ਵਾਹੁਣ ਦੇ ਨਾਲ ਸਾਰੇ ਸਾਰੇ ਖਤਮ ਹੋ ਜਾਣਗੇ। ਸੋ ਕਿਸਾਨ ਵੀਰੋ ਅਗਾਂ ਵੀ ਤੁਸੀਂ ਧਿਆਨ ਰੱਖਿਆ ਕਰੋ ਵੀ ਪਨੀਰੀ ਦੇ ਵਿੱਚ ਜਿਹੜੇ ਬੂਟੇ ਆਉਂਦੇ ਆ ਉਹਦਾ ਕਾਰਨ ਸਿਰਫ ਇਹੀ ਹੁੰਦਾ ਜਦੋਂ ਆਪਾਂ ਇਹਨੂੰ ਪਨੀਰੀ ਵਾਲੀ ਜਗ੍ਹਾ 'ਤੇ ਆਪਾਂ ਪਾਣੀ ਨਹੀਂ ਲਾਉਂਦੇ ਤਾਂ ਉਹ ਬੂਟੇ ਦੁਬਾਰਾ ਝੋਨੇ ਦੇ ਵਿੱਚ ਆਪਦੇ ਟਾਈਮ 'ਤੇ ਆਣ ਕੇ ਇਸੇ ਬੀਜ ਦੇ ਨਾਲ ਹੀ ਉੱਗ ਪੈਂਦੇ ਆ ਅਤੇ ਉਹ ਆਪਣੀ ਜ਼ਮੀਨ ਦੇ ਵਿੱਚ ਚਲੇ ਜਾਂਦੇ ਆ। ਸੋ ਅੱਜ ਆਪਾਂ 73-01 ਦੀ ਵਰਾਇਟੀ ਜਿਹੜੀ ਹੈ ਉਹ ਆਪਾਂ ਬੀਜਣ ਲੱਗੇ ਹਾਂ। ਇਸ ਤੋਂ ਬਾਅਦ ਆਪਾਂ 73-01 ਬੀਜਣਾ ਜਾਂ ਇੱਕ ਦੋ ਵਰਾਇਟੀਆਂ ਹੋਰ ਜਿਹੜੀਆਂ VNR ਦੀਆਂ ਹਾਈਬ੍ਰਿਡ ਆਈਆਂ ਜਾਂ ਹੋਰ ਕੋਈ, ਜਾਂ ਤੁਸੀਂ ਜੇ ਇਲਾਕੇ ਦੀ ਗੱਲ ਕਰਦੇ ਹੋ ਮੈਂ ਫਿਰੋਜ਼ਪੁਰ ਏਰੀਏ ਤੋਂ ਬਿਲੋਂਗ ਕਰਦਾ ਪਿਆ, ਬਾਰਡਰ ਏਰੀਆ ਬਿਲਕੁਲ, ਪਾਣੀ ਸਾਡਾ 1 ਨੰਬਰ ਦਾ ਮਿੱਠਾ ਪਾਣੀ ਹੈ, ਉਹਦੇ ਵਿੱਚ ਆਪਾਂ ਇਸ ਵਾਰੀ ਟਰਾਈ ਕਰਨ ਲੱਗੇ ਹਾਂ 75-01। ਸੋ ਅਗਲੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦੇਵਾਂਗੇ ਉਹ ਆਪਾਂ ਕਿਹੜੀ ਵਰਾਇਟੀ ਬੀਜਣੀ ਉਹਦੇ ਬਾਰੇ ਤੁਹਾਨੂੰ ਮੈਂ ਖਾਸ ਤੌਰ 'ਤੇ ਦੱਸਾਂਗਾ। ਬਾਕੀ 75-01 ਵਰਾਇਟੀ ਮੇਰੇ ਮੁਤਾਬਕ ਕੋਈ ਚੰਗੀ ਵਰਾਇਟੀ ਹੈ, ਕਹਿ ਰਹੇ ਹੁੰਦੇ ਮੈਂ 18-19 ਕਿੱਲੇ ਇਸ ਵਾਰੀ ਲਾਵਾਂਗਾ। ਸੋ ਅਗਲੀ ਵੀਡੀਓ ਜਿਹੜੀ ਤੁਹਾਨੂੰ ਬਣਾ ਕੇ ਦੇਵਾਂਗੇ ਉਹ 73-01 ਦੀ ਅਤੇ ਜਾਂ ਨਵੀਆਂ ਵਰਾਇਟੀਆਂ ਕਿਹੜੀਆਂ ਵੀ ਬੀਜਾਂਗਾ ਉਹਦੇ ਬਾਰੇ ਤੁਹਾਨੂੰ ਮੈਂ ਵਿਸ਼ੇਸ਼ ਤੌਰ 'ਤੇ ਦੱਸਾਂਗਾ। ਖੈਰ ਲਾਸਟ ਤੱਕ ਸਾਡੀਆਂ ਵੀਡੀਓ ਇਹਦੇ ਝਾੜ ਤੱਕ ਪੈਂਦੀਆਂ ਰਹਿਣਗੀਆਂ ਵੀ ਅਸੀਂ ਉਹਨੂੰ ਕਿਹੜੀ ਸੇਵਾ ਕੀਤੀ ਹੁੰਦੀ ਜਾਂ ਕਿੰਨਾ ਪਾਣੀ ਕਿੰਨੇ ਟਾਈਮ ਲਈ ਲਾਇਆ ਜਾਂ ਇਹਦੇ 'ਚ ਕਿਹੜੀ ਖਾਦ ਜਾਂ ਸੁਪਰ ਜਾਂ ਪੋਟਾਸ਼ ਕਿਹੜੀ ਪਾਉਣੀ ਉਹਦੇ ਬਾਰੇ ਵਿਸ਼ੇਸ਼ ਤੌਰ 'ਤੇ ਤੁਹਾਨੂੰ ਮੈਂ ਲਗਾਤਾਰ ਜਾਣਕਾਰੀ ਦਿੰਦਾ ਰਹਾਂ। ਸੋ ਇਹਨਾਂ ਵਿੱਚ ਕੋਈ ਵੱਧ ਘੱਟ ਬੋਲਿਆ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਕੀ ਮੈਂ 1401 ਜਿਹੜੇ ਵੀਰਾਂ ਨੇ ਲਾਉਣਾ ਯਾਨੀ ਕਿ ਮੁੱਛਲ ਦੇ ਤੌਰ 'ਤੇ ਉਹਨਾਂ ਨੇ ਮੈਂ ਵਿਸ਼ੇਸ਼ ਜਾਣਕਾਰੀ ਦੇ ਲਈ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ 1401 ਜਿਹੜੀ ਮੁੱਛਲ ਦੇ ਵਿੱਚ ਆਉਂਦੀ ਉਹਦੀ ਇੱਕ ਹੀ ਸਿਰਫ ਪ੍ਰੋਬਲਮ ਹੁੰਦੀ ਵੀ ਉਹਦੇ ਵਿੱਚ ਜਿਹੜਾ ਝੰਡਾ ਰੋਗ ਆਉਂਦਾ। ਝੰਡੇ ਰੋਗ ਤੋਂ ਬਚਣ ਦੇ ਲਈ ਮੈਂ ਕਿਸਾਨ ਵੀਰਾਂ ਨੂੰ ਆਪਦੇ ਤਜਰਬੇ ਦੇ ਮੁਤਾਬਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਇਹਦੀ ਪਨੀਰੀ ਹੈ ਚਾਹੇ ਵੀ ਕੋਈ ਵੀ ਕੰਪਨੀ ਦਾ ਹੋਵੇ ਉਹਦੀ ਪਨੀਰੀ ਜਿਹੜੀ ਤੁਸੀਂ 20 ਤਰੀਕ ਤੋਂ ਬਾਅਦ ਬੀਜੋ। 20 ਤਰੀਕ ਤੋਂ ਬਾਅਦ ਬੀਜਣ ਤੋਂ ਬਾਅਦ ਇਹਦੀ ਪਨੀਰੀ ਹੈ ਸਿਰਫ 25 ਦਿਨ ਦੀ ਆਪਾਂ ਨੂੰ ਲਾਉਣੀ ਚਾਹੀਦੀ। ਜੇ ਤੁਸੀਂ 30 ਤੋਂ 35 ਦਿਨ ਦੀ ਇਹਦੀ ਪਨੀਰੀ ਲਾਓਗੇ ਤਾਂ ਇਹਦੇ ਵਿੱਚ ਵੀ ਝੰਡੇ ਰੋਗ ਦੀ ਪ੍ਰੋਬਲਮ ਆਏਗੀ ਆਏਗੀ। ਸੋ ਕਿਸਾਨ ਵੀਰੋ ਜਿਹੜੇ 1401 ਮੁੱਛਲ ਤੋਂ ਹੀ ਲਾਉਣੀ ਹੈ ਇਹਦੀ ਪਨੀਰੀ ਆਪਾਂ 25 ਤੋਂ 30 ਦਿਨਾਂ ਦੇ ਵਿੱਚ ਹੋਵੇਗੀ ਉਹਦਾ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲੇਗਾ। ਫਿਰ ਵੀ ਤੁਸੀਂ ਜੇ ਪਨੀਰੀ ਇਹੜੀ ਜਿਹੜੀ 1401 ਦੀ ਪਨੀਰੀ ਜਿਹੜੀ ਤੁਹਾਨੂੰ ਮੈਂ ਗੱਲ ਕਰਦਾ ਪਿਆ ਤੁਸੀਂ ਸ਼ੁਰੂ ਤੋਂ ਹੀ ਉਹਦੇ ਵਿੱਚ ਥਾਇਓ ਮਥੈਲ 70% ਦੇ ਵਿੱਚ ਜਿਹੜਾ ਪਾਊਡਰ ਆਉਂਦਾ ਉਹਦੀ ਮਾਤਰਾ ਪਹਿਲੀ ਯੂਰੀਆ ਜਿਹੜੀ ਪਨੀਰੀ ਦੇ ਵਿੱਚ ਪੈਣੀ ਹੈ ਉਦੋਂ ਤੋਂ ਲੈ ਕੇ ਸ਼ੁਰੂ ਕਰ ਦੇਣਾ। ਉਸ ਤੋਂ ਬਾਅਦ ਜਿਹੜੀ ਝੋਨੇ ਦੇ ਵਿੱਚ ਜਿਵੇਂ ਥਾਇਓ ਮਥੈਲ ਦੇ ਤੌਰ 'ਤੇ ਮੈਂ ਕਹਿੰਦਾ ਪਿਆ ਥਾਇਓ ਮਥੈਲ ਜਿਵੇਂ 70% ਦੇ ਵਿੱਚ ਆਉਂਦਾ ਉਹ 1/2 ਕਿੱਲੇ ਦੇ ਹਿਸਾਬ 'ਤੇ ਪਹਿਲੀ ਯੂਰੀਆ ਵਿੱਚ ਪਾਓ ਅਤੇ ਤੀਜੀ ਯੂਰੀਆ ਦੇ ਵਿੱਚ ਫਿਰ 1/2 ਕਿੱਲੇ ਦੇ ਹਿਸਾਬ 'ਤੇ ਪਾਓ। ਉਹਦੇ ਨਾਲ ਆਪਣੇ ਜਿਹੜੇ ਝੰਡੇ ਰੋਗ ਦੀ ਸਮੱਸਿਆ ਆਉਂਦੀ ਉਹ ਬਿਲਕੁਲ ਸਹੀ ਰਹਿ ਜਾਏਗੀ ਵੀ ਉਹ ਪ੍ਰੋਬਲਮ ਜਿੱਥੇ 100% ਆਉਣੀ ਉੱਥੇ 10% ਆਵੇਗੀ। ਤੀਜੇ ਨੰਬਰ 'ਤੇ ਮੈਂ ਜ਼ਿਮੀਂਦਾਰਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਨ੍ਹਾਂ ਨੇ 1401 ਮੁੱਛਲ ਲਾਉਣੀ ਹੈ ਉਹ ਜਿੱਥੇ ਉਹਨਾਂ ਨੇ 3 ਗੱਟੇ ਸਾਬਤ ਯਾਨੀ ਕਿ 3 ਵਾਰੀਆਂ 'ਚ ਪਾਉਣੇ ਆ ਉਹ 3 ਗੱਟੇ ਜਿਹੜੇ ਤੁਸੀਂ 4 ਵਾਰੀਆਂ ਦੇ ਵਿੱਚ ਯੂਜ਼ ਕਰੋ ਤਾਂ ਉਹਦਾ ਤੁਹਾਨੂੰ ਬੈਨੀਫਿਟ ਜ਼ਿਆਦਾ ਮਿਲੇਗਾ।
ਸੋ ਕਿਸਾਨ ਵੀਰੋ ਜਿਹੜੇ ਮੁੱਛਲ ਜਿਨ੍ਹਾਂ ਨੇ ਲਾਉਣਾ 1401 PV6 ਦੇ ਤੌਰ 'ਤੇ, ਉਹ ਕਿਸਾਨ ਵੀਰ ਵਿਲੇ ਵੀਰ ਲਾਜ਼ਮੀ ਇਸ ਗੱਲ ਦਾ ਧਿਆਨ ਦੇਣ, ਨਹੀਂ ਤਾਂ ਉਹਨਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀ ਝੰਡੇ ਰੋਗ ਦੀ ਸਮੱਸਿਆ ਹੱਦ ਤੋਂ ਜ਼ਿਆਦਾ ਆਵੇਗੀ। ਇਹਦੇ ਤੋਂ ਬਚਣ ਲਈ ਮੈਂ ਤੁਹਾਨੂੰ ਖਾਸ ਤੌਰ 'ਤੇ ਜਿਵੇਂ ਕਿਹਾ ਵੀ ਕਾਰਬੋਡਾਈਜ਼ਮ ਜਾਂ ਮੈਨਕੋਡਾਈਜ਼ਮ ਹੋ ਗਿਆ, ਜਾਂ M45 ਜਾਂ 6 ਵਰਗੇ ਪਾਊਡਰ ਵੀ ਚਲੋ ਮਾਰਕੀਟ ਦੇ ਵਿੱਚ ਹੈਗੇ ਆ, ਉਹ ਵੀ ਯੂਜ਼ ਕਰੋ। ਪਰ ਜਿਹੜਾ ਇਹਦਾ ਮੇਨ ਬਿਮਾਰੀ ਦਾ ਹੱਲ ਜਿਹੜਾ ਇਹ ਥਾਇਓਮਥੈਲ 70% ਜਿਹੜੀ ਆਉਂਦੀ ਪਾਊਡਰ ਦੇ ਤੌਰ 'ਤੇ ਕਿਸੇ ਵੀ ਕੰਪਨੀ ਤੋਂ ਲੈ ਕੇ ਉਹਨੂੰ ਯੂਜ਼ ਕਰੋ, ਉਹਦਾ ਤੁਹਾਨੂੰ ਬੈਨੀਫਿਟ ਹੱਦ ਤੋਂ ਜ਼ਿਆਦਾ ਮਿਲੇਗਾ। ਸੋ ਇੰਨੀਆਂ ਬੇਨਤੀਆਂ ਦੇ ਵਿੱਚ, ਜੇ ਕੋਈ ਹੋਰ ਵੀ ਜ਼ਿਆਦਾ ਸਮੱਸਿਆ ਆਉਂਦੀ ਤਾਂ ਤਕਰੀਬਨ ਸਾਡੇ ਤੁਸੀਂ ਲਿੰਕ ਦੇ ਵਿੱਚ ਜਾ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਤੁਸੀਂ ਇਹ ਵੀਡੀਓ ਥੱਲੇ ਮੈਸੇਜ ਵੀ ਕਰ ਸਕਦੇ ਹੋ ਵੀ ਇਹ ਪ੍ਰੋਬਲਮ ਸਾਡੀ ਵੱਧਦੀ ਤਾਂ ਉਹਦਾ ਕੀ ਹੱਲ ਹੈ। ਉਹਦੇ ਲਈ ਬਕਾਇਦਾ ਸਾਡੇ ਕੋਲ ਔਰਗੈਨਿਕ ਤਰੀਕੇ ਵੀ ਪਏ ਹੋਏ ਆ, ਅਤੇ ਜਾਂ ਇਸ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਤਰੀਕੇ ਜਿਹੜੇ ਤੁਸੀਂ ਆਪਦੇ ਘਰੇ ਬੈਠੇ ਹੋਏ ਜਮਾ ਸਕਦੇ ਹੋ, ਉਹਦੇ ਨਾਲ ਤੁਹਾਡਾ ਹੱਲ ਹੋ ਸਕਦਾ। ਸੋ 1401 ਵਾਲੇ ਵੀਰਾਂ ਨੂੰ ਮੈਂ ਖਾਸ ਤੌਰ 'ਤੇ ਬੇਨਤੀ ਕਰਦਾ ਵੀ ਤੁਸੀਂ ਪਨੀਰੀ ਜਿਹੜੀ ਹੈ 25 ਦਿਨ ਦੀ ਲਾਓ, ਅਤੇ 20 ਤਰੀਕ ਜਿਹੜੀ ਉਹ 5ਵੇਂ ਮਹੀਨੇ ਦੀ, ਉਸ ਤੋਂ ਬਾਅਦ ਪਨੀਰੀ ਬੀਜੋ। ਸੋ ਇੰਨੀ ਹੀ ਬੇਨਤੀ ਮੇਰੀ ਇਹ ਮੁੱਛਲ ਵਾਲੇ ਵੀਰਾਂ ਦੇ ਲਈ ਹੈ ਜਿਨ੍ਹਾਂ ਨੇ 1401 ਲਾਉਣੀ ਹੈ PV6 ਦੇ ਤੌਰ 'ਤੇ, ਉਹਨਾਂ ਲਈ ਮੈਂ ਖਾਸ ਜਿਹੜੀ ਹੈ ਰਿਕੁਐਸਟ ਜਾਂ ਬੇਨਤੀ ਤੁਹਾਡੇ ਸਾਹਮਣੇ ਕੀਤੀ ਵੀ ਉਹ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨ, ਤਾਂ ਜੋ ਆਪਾਂ ਜਿਹੜੀ ਇਹਦੇ ਵਿੱਚ ਝੰਡਾ ਰੋਗ ਦੀ ਸਮੱਸਿਆ ਆਉਂਦੀ ਉਹਦੇ ਤੋਂ ਆਪਾਂ ਬਚ ਸਕੀਏ।